ਵੈਲਕਮ ਸਟੂਡੈਂਟਸ, ਐਮ ਸੀ ਕਿਊ ਕਰਾਂਗੇ ਅਸੀਂ ਪੰਜਾਬੀ ਗਰਾਮਰ ਦੇ ਸਹੀ ਵਿਰੋਧੀ ਸ਼ਬਦ ਦੀ ਚੋਣ। ਸਾਡਾ ਪਹਿਲਾ ਕੁਐਸਚਨ ਦੇ ਵਿੱਚ ਹੈਗਾ ਸ਼ਬਦ ਉੱਜੜਨਾ। ਉੱਜੜਨਾ ਦਾ ਵਿਰੋਧੀ ਸ਼ਬਦ ਚਾਰ ਆਪਸ਼ਨਾਂ ਦੇ ਵਿੱਚੋਂ ਤੁਹਾਨੂੰ ਕਿਹੜਾ ਠੀਕ ਲੱਗ ਰਿਹਾ ਉਹ 'ਤੇ ਨਿਸ਼ਾਨੀ ਲਗਾਉਣੀ ਆ। ਤਾਂ ਉੱਜੜਨ ਦਾ ਕੀ ਆ? ਬੱਸਣਾ, ਉਸਰਨਾ, ਢਹਿਣਾ। ਉਸਰਨਾ ਦਾ ਭਾਵ ਹੁੰਦਾ ਬਣਨਾ। ਏਕਤਾ, ਏਕਾ, ਫੁੱਟ ਇਹਦਾ ਵਿਰੋਧੀ ਸ਼ਬਦ ਆ। ਉਧਾਰ, ਉਧਾਰ ਦਾ ਨਕਦ। ਔਖ, ਸੌਖ। ਆਸਤਕ, ਆਸਤਕ ਦਾ ਵਿਰੋਧੀ ਕੀ ਆ? ਨਾਸਤਕ। ਆਸਤਕ ਹੁੰਦਾ ਪਰਮਾਤਮਾ ਨੂੰ ਮੰਨਣ ਵਾਲਾ, ਨਾਸਤਕ ਪਰਮਾਤਮਾ ਨੂੰ ਨਾ ਮੰਨਣ ਵਾਲਾ। ਸੰਯੋਗ, ਸੰਯੋਗ ਦਾ ਵਿਰੋਧੀ ਸ਼ਬਦ ਆ ਵਿਯੋਗ। ਥੋੜ੍ਹਾ, ਥੋੜ੍ਹਾ ਦਾ ਵਿਰੋਧੀ ਸ਼ਬਦ ਆ ਘੱਟ, ਸੋਰੀ, ਥੋੜ੍ਹਾ ਦਾ ਵਿਰੋਧੀ ਸ਼ਬਦ ਹੈ ਜ਼ਿਆਦਾ। ਅੱਗੇ ਹੈ ਇੱਥੇ ਘੱਗਾ, ਇਹ ਗਲਤ ਆ, ਖਰਾ ਆਊਗਾ, ਖਰਾ ਇੱਥੇ ਖਾਈ ਦੀ ਜਗ੍ਹਾ 'ਤੇ। ਤਾਂ ਖਰਾ ਦਾ ਵਿਰੋਧੀ ਸ਼ਬਦ ਕੀ ਆ? ਖੋਟਾ। ਗੁਣ, ਗੁਣ ਦਾ ਵਿਰੋਧੀ ਸ਼ਬਦ ਕੀ ਆ? ਔਗਣ। ਸਦੀਵੀ, ਸਦੀਵੀ ਸ਼ਬਦ ਦਾ ਵਿਰੋਧੀ ਸ਼ਬਦ ਕੀ ਆ? ਅਚਾਨਕ। ਅਰਥ, ਹਾਂਜੀ ਸਟੂਡੈਂਟਸ ਵੈਲਕਮ। ਅੱਜ ਦੀ ਵੀਡੀਓ ਦੇ ਵਿੱਚ ਅਸੀਂ ਵਿਰੋਧੀ ਸ਼ਬਦ ਕਰਾਂਗੇ ਐਮ ਸੀ ਕਿਊ। ਵਿਰੋਧੀ ਸ਼ਬਦਾਂ ਦੀ ਤੁਹਾਡੀ ਜਿਹੜੀ ਐਕਸਰਸਾਈਜ਼ ਆ, ਅਭਿਆਸ ਆ, ਤੁਸੀਂ ਆਪ ਕਰਨਾ ਹੈ, ਦੇਖਣਾ ਕਿ ਕਿਹੜਾ ਸ਼ਬਦ ਕਿਹਦਾ ਵਿਰੋਧੀ ਆ। ਜਿਵੇਂ ਉੱਜੜਨਾ, ਉੱਜੜਨਾ ਦਾ ਵਿਰੋਧੀ ਕੀ ਆ? ਵਸਣਾ। ਉਸਰਨਾ, ਉਸਰਨਾ ਭਾਵ ਬਣਨਾ ਹੁੰਦਾ ਹੈ, ਤਾਂ ਇਹਦਾ ਵਿਰੋਧੀ ਕੀ ਆ? ਢਹਿਣਾ। ਬਹੁਤ ਸੌਖੇ ਨੇ, ਇੱਕ ਵਾਰੀ ਰਿਵੀਜ਼ਨ ਕਰੋਗੇ ਤਾਂ ਤੁਹਾਡੇ ਯਾਦ ਰਹਿਣਗੇ। ਏਕਤਾ, ਏਕਤਾ ਦਾ ਹੋ ਗਿਆ ਫੁੱਟ। ਏਕਤਾ ਦਾ ਭਾਵ ਇਕੱਠੇ ਰਹਿਣਾ। ਉਧਾਰ, ਉਧਾਰ ਜਿਹੜਾ ਹੈ ਉਸ ਦਾ ਵਿਰੋਧੀ ਸ਼ਬਦ ਕੀ ਆ? ਨਕਦ। ਔਖ, ਔਖ ਦਾ ਵਿਰੋਧੀ ਸ਼ਬਦ ਕੀ ਆ? ਸੌਖ। ਆਸਤਕ, ਆਸਤਕ ਕੀ ਹੁੰਦਾ? ਜਿਹੜਾ ਪਰਮਾਤਮਾ ਨੂੰ ਮੰਨੇ, ਇਸ ਦਾ ਵਿਰੋਧੀ ਸ਼ਬਦ ਹੈਗਾ ਨਾਸਤਕ, ਜਿਹੜਾ ਪਰਮਾਤਮਾ ਨੂੰ ਨਾ ਮੰਨੇ। ਅੱਗੇ ਹੈ ਸੰਯੋਗ, ਸੰਯੋਗ ਦਾ ਵਿਰੋਧੀ ਸ਼ਬਦ ਹੈਗਾ ਵਿਯੋਗ। ਥੋੜ੍ਹਾ, ਥੋੜ੍ਹਾ ਸ਼ਬਦ ਆ ਜਿਹੜਾ ਉਸ ਦਾ ਵਿਰੋਧੀ ਸ਼ਬਦ ਆ ਚੋਖਾ। ਕਿਉਂਕਿ ਪੰਜਾਬੀ 'ਚ ਅਸੀਂ ਕਰ ਰਹੇ ਹਾਂ ਤਾਂ ਇਹਦਾ ਜ਼ਿਆਦਾ ਵੀ ਆ ਸਕਦਾ, ਪਰ ਇਹਦਾ ਅਸਲ 'ਚ ਜਿਹੜਾ ਹੈਗਾ ਚੋਖਾ। ਫਿਰ ਇੱਥੇ ਸ਼ਬਦ ਜਿਹੜਾ ਉਹ ਗਲਤ ਲਿਖਿਆ ਹੋਇਆ, ਇੱਥੇ ਖਰਾ ਆਊਗਾ, ਘੱਗੇ ਦੀ ਜਗ੍ਹਾ 'ਤੇ ਖੱਖਾ। ਖਰਾ ਦਾ ਵਿਰੋਧੀ ਸ਼ਬਦ ਕੀ ਹੈ? ਖੋਟਾ। ਅੱਗੇ ਹੈਗਾ ਸਾਡੇ ਕੋਲ ਗੁਣ, ਤਾਂ ਗੁਣ ਦਾ ਜਿਹੜਾ ਵਿਰੋਧੀ ਸ਼ਬਦ ਆ ਉਹ ਔਗਣ। ਅਵਗੁਣ ਨਹੀਂ ਕਿਸੇ ਨੇ ਲਿਖਣਾ,
ਕਿਉਂਕਿ ਪੰਜਾਬੀ ਦਾ ਸ਼ਬਦ ਨਹੀਂ ਤਾਂ ਪੰਜਾਬੀ ਦਾ ਸ਼ਬਦ ਕੀ ਆ? ਔਗਣ। ਫਿਰ ਹੈ ਸਦੀਵੀ, ਹਮੇਸ਼ਾ ਲਈ। ਸਦੀਵੀ ਦਾ ਜਿਹੜਾ ਵਿਰੋਧੀ ਸ਼ਬਦ ਆ ਉਹ ਹੈਗਾ ਥੋੜ੍ਹ ਚਿਰ। ਅਰਥ, ਅਰਥ ਦਾ ਦੇਖੋ ਕਈ ਨੇ ਬੇਅਰਥ, ਵਿਅਰਥ, ਨਿਅਰਥ, ਸਾਰਥਕ। ਹੁਣ ਦੇਖੋ ਅਰਥ ਦਾ ਵਿਰੋਧੀ ਸ਼ਬਦ ਕੀ ਆ? ਵਿਅਰਥ। ਅਰਥ ਦਾ ਵਿਰੋਧੀ ਸ਼ਬਦ ਕੀ ਆ? ਵਿਅਰਥ। ਸਵੇਰਾ, ਸਵੇਰਾ ਦਾ ਵਿਰੋਧੀ ਸ਼ਬਦ ਕੀ ਆ? ਅਵੇਰਾ। ਸਵੇਰਾ ਭਾਵ ਸਵੇਰ, ਅਵੇਰਾ ਭਾਵ ਆਥਣ। ਅੱਲਾ, ਅੱਲਾ ਦਾ ਵਿਰੋਧੀ ਸ਼ਬਦ ਕੀ ਆ? ਪੱਕਾ। ਅੱਲਾ ਮੀਨਸ ਕੱਚਾ। ਊਣਾ, ਘੱਟ ਭਰਿਆ ਹੁੰਦਾ ਜਿਹੜਾ ਉਹਨੂੰ ਊਣਾ ਬੋਲਦੇ ਨੇ, ਤਾਂ ਊਣਾ ਦਾ ਵਿਰੋਧੀ ਸ਼ਬਦ ਕੀ ਆ? ਭਰਿਆ ਹੋਇਆ। ਉਸਤਤ, ਵਡਿਆਈ ਕਰਨੀ ਕਿਸੇ ਦੀ, ਉਸਤਤ, ਇਹਦਾ ਵਿਰੋਧੀ ਸ਼ਬਦ ਕੀ ਆ? ਨਿੰਦਿਆ। ਅਗਾਲੀ, ਅਗਾਲੀ ਦਾ ਵਿਰੋਧੀ ਸ਼ਬਦ ਕੀ ਆ? ਪਿਛਾੜੀ। ਤਾਂ ਇੱਥੇ ਅਗਾਲੀ ਭਾਵ ਅੱਗੇ ਵੱਲ ਨੂੰ ਜਾਣ ਵਾਲਾ, ਪਿਛਾੜੀ ਭਾਵ ਪਿੱਛੇ ਵੱਲ ਨੂੰ ਜਾਣ ਵਾਲਾ। ਅਨੁਕੂਲ, ਅਨੁਕੂਲ ਦਾ ਵਿਰੋਧੀ ਸ਼ਬਦ ਕੀ ਹੈ? ਪ੍ਰਤੀਕੂਲ। ਅਨੁਕੂਲ ਭਾਵ ਆਪਣੇ ਆਪ ਦੇ ਵਿੱਚ ਜਿਹੜਾ ਸਮਾਨ ਹੋਵੇ, ਸਮ ਹੋਵੇ। ਫਿਰ ਹੈ ਆਈ, ਆਈ ਦਾ ਕੀ ਵਿਰੋਧੀ ਸ਼ਬਦ ਆ? ਜਾਈ। ਆਈ ਦਾ ਵਿਰੋਧੀ ਸ਼ਬਦ ਸੋਰੀ ਆਊਗਾ ਚਲਾਈ। ਆਈ ਦਾ ਵਿਰੋਧੀ ਸ਼ਬਦ ਕੀ ਆ? ਚਲਾਈ। ਅੰਨਾ, ਅੰਨਾ ਦਾ ਸ਼ਬਦ ਕੀ ਆ? ਵਿਰੋਧੀ, ਸੁਜਾਖਾ। ਈਰਖਾ, ਈਰਖਾ ਦਾ ਵਿਰੋਧੀ ਸ਼ਬਦ ਕੀ ਆ? ਮੁਹੱਬਤ, ਪ੍ਰੇਮ, ਪ੍ਰਸ਼ੰਸਾ। ਈਰਖਾ ਦਾ ਵਿਰੋਧੀ ਸ਼ਬਦ ਹੁੰਦਾ ਦਵੈਸ। ਤਾਂ ਇਹਦੇ ਇੱਥੇ ਕੋਈ ਵੀ ਸ਼ਬਦ ਨਹੀਂ ਹੈ, ਇਸ ਲਈ ਅਸੀਂ ਗੱਲ ਕਰਾਂਗੇ ਤਿੰਨੋਂ ਗਲਤ ਨੇ। ਇੱਕੜ, ਇੱਕੜ ਦਾ, ਇੱਕੜ ਦਾ ਭਾਵ ਇੱਕ, ਇੱਕ ਦਾ ਵਿਰੋਧੀ ਸ਼ਬਦ ਦੁੱਕੜ। ਦੋ, ਸੁਚੱਜਾ, ਸੁਚੱਜਾ ਦਾ ਕੁਚੱਜਾ। ਔਤਰਾ, ਜਿਸ ਦਾ ਕੋਈ ਵਾਲੀ ਵਾਰਸ ਨਾ ਹੋਵੇ ਉਸਨੂੰ ਔਤਰਾ ਬੋਲਦੇ ਨੇ, ਤਾਂ ਔਤਰਾ ਦਾ ਕੀ ਹੈ? ਸੌਂਤਰਾ। ਇਨਸਾਨ, ਇਨਸਾਨ ਦਾ ਵਿਰੋਧੀ ਸ਼ਬਦ ਕੀ ਹੈ? ਹੈਵਾਨ। ਦੁਰਾਚਾਰ, ਦੁਰਾਚਾਰ ਦਾ ਵਿਰੋਧੀ ਸ਼ਬਦ ਕੀ ਹੈ? ਸਦਾਚਾਰ। ਬਰੀਕ, ਬਰੀਕ ਦਾ ਵਿਰੋਧੀ ਸ਼ਬਦ ਹੈਗਾ ਮੋਟਾ। ਗਮੀ, ਗਮੀ ਦਾ ਉਲਟ ਸ਼ਬਦ ਕੀ ਆ? ਖੁਸ਼ੀ। ਸਵਾਰਨਾ, ਸਵਾਰਨਾ ਦਾ ਹੈਗਾ ਵਿਗਾੜਨਾ। ਅੱਗੇ ਹੈ ਮਿਲਾਪ, ਮਿਲਾਪ ਦਾ ਆਊਗਾ ਵਿਛੋੜਾ। ਅੱਗੇ ਸਾਡੇ ਕੋਲ ਵਿਰੋਧੀ ਸ਼ਬਦ ਹੈਗਾ ਭੁੱਲ। ਭੁੱਲ ਦਾ ਵਿਰੋਧੀ ਸ਼ਬਦ ਅਭੁੱਲ। ਤੀਵੀਂ, ਤੀਵੀਂ ਦਾ ਵਿਰੋਧੀ ਸ਼ਬਦ। ਹੁਣ ਇੱਥੇ ਤੀਵੀਂ ਦਾ ਵਿਰੋਧੀ ਸ਼ਬਦ ਆਦਮੀ
ਮਰਦ ਮਨੁੱਖ ਅਤੇ ਇਹਨਾਂ ਦੇ ਵਿੱਚੋਂ ਕਿਹੜਾ ਹੋਊਗਾ ਤੀਵੀਂ ਦਾ ਵਿਰੋਧੀ ਸ਼ਬਦ, ਜਿਵੇਂ ਔਰਤ ਦਾ ਆਦਮੀ ਤੀਵੀਂ ਦਾ ਮਰਦ, ਇਸ ਤਰ੍ਹਾਂ ਹੁੰਦਾ ਹੈ। ਪੰਗਰਨਾ, ਪੰਗਰਨਾ ਦਾ ਵਿਰੋਧੀ ਸ਼ਬਦ ਜੰਮਣਾ। ਥਾਂ, ਥਾਂ ਦਾ ਵਿਰੋਧੀ ਸ਼ਬਦ ਕੁਥਾਂ। ਸੰਮਤੀ, ਸੰਮਤੀ ਦਾ ਵਿਰੋਧੀ ਸ਼ਬਦ ਅਸੰਮਤੀ, ਅਤੇ ਵਿਰੋਧ ਤਾਂ ਦੋਨੇ ਹੀ ਸਹੀ ਨੇ, ਇਸ ਲਈ ਅਸੀਂ ਨਿਸ਼ਾਨੀ ਲਗਾਵਾਂਗੇ ਈੜੀ 'ਤੇ। ਡੋਬੂ, ਡੋਬੂ ਦਾ ਵਿਰੋਧੀ ਸ਼ਬਦ ਤਾਰੂ, ਡੋਬੂ ਮੀਨਸ ਡੋਬਣ ਵਾਲਾ। ਟੰਗਣਾ, ਟੰਗਣਾ ਦਾ ਸਾਡੇ ਕੋਲ ਵਿਰੋਧੀ ਸ਼ਬਦ ਆ ਲਾਉਣਾ। ਦਲੇਰ, ਦਲੇਰ ਆ ਜਿਹੜਾ ਉਸਦਾ ਵਿਰੋਧੀ ਸ਼ਬਦ ਆ ਸਾਡੇ ਕੋਲ ਡਰੂ। ਦਾਤਾ, ਦਾਤਾ ਦਾ ਵਿਰੋਧੀ ਸ਼ਬਦ ਦਾਤਾ ਭਾਵ ਦੇਣ ਵਾਲਾ, ਦਾਤਾ ਵਿਰੋਧੀ ਸ਼ਬਦ ਆ ਮੰਗਤਾ। ਅੱਗੇ ਹੈਗਾ ਸਿਆਣੀ, ਸਿਆਣੀ ਦਾ ਵਿਰੋਧੀ ਸ਼ਬਦ ਆ ਚੱਲੀ। ਤਾਂ ਇਹ ਸੀਗੇ ਵਿਰੋਧੀ ਸ਼ਬਦ ਜਿਨ੍ਹਾਂ ਦਾ ਅਸੀਂ ਅਭਿਆਸ ਕੀਤਾ ਹੈ ਅੱਜ। ਉਮੀਦ ਕਰਦੀ ਹਾਂ ਵੀਡੀਓ ਤੋਂ ਤੁਹਾਨੂੰ ਫਾਇਦਾ ਮਿਲੇਗਾ। ਬਣੇ ਰਹੋ ਚੈਨਲ ਦੇ ਨਾਲ, ਮਿਲਦੇ ਹਾਂ ਫਿਰ ਨੈਕਸਟ ਵੀਡੀਓ ਦੇ ਵਿੱਚ। ਓਕੇ, ਥੈਂਕਸ।